ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਇੱਕ ਹੈਵੀ ਡਿਜ਼ਾਈਨ ਸ਼ੇਅਰ ਕਰਾਂਗੇ। ਸੋ ਜਿਵੇਂ ਕਿ ਵੈਡਿੰਗ ਸੀਜ਼ਨ ਆ ਜਿਹੜਾ ਸਟਾਰਟ ਹੋਣ ਵਾਲਾ, ਔਰ ਸਾਰਿਆਂ ਦੀ ਬਹੁਤ ਸਾਰੀ ਡਿਮਾਂਡ ਹੈਗੀ ਹੈ ਕਿ ਤੁਸੀਂ ਹੈਵੀ ਸੂਟਸ ਦਿਖਾਓ। ਸੋ ਇਹ ਜਿਹੜਾ ਡਿਜ਼ਾਈਨ ਹੈਗਾ ਜੀ, ਇਹ ਬਹੁਤ ਹੀ ਸਾਰਿਆਂ ਨੇ ਪਸੰਦ ਕੀਤਾ, ਔਰ ਸਾਰੇ ਇਹਨੂੰ ਅਲੱਗ ਅਲੱਗ ਸ਼ੇਡ 'ਤੇ ਬਣਾਉਣਾ ਪਸੰਦ ਕਰਦੇ ਆ। ਸੋ ਅਸੀਂ ਇੱਕ ਫਿਰ ਇਹਨੂੰ ਡਿਫਰੈਂਟ ਜਿਹੇ ਸ਼ੇਡ 'ਤੇ ਟਰਾਈ ਕੀਤਾ ਹੈਗਾ। ਸੋ ਮੈਂ ਤੁਹਾਨੂੰ ਇਹ ਜੋਰਜਟ ਦਾ ਹੀ ਪੀਸ ਹੈਗਾ ਜੀ, ਔਰ ਇਹ ਬਹੁਤ ਹੀ ਹੈਵੀ ਹੈਗਾ। ਇਹਦੇ ਨਾਲ ਤੁਸੀਂ ਸ਼ਰਾਰਾ ਜਾਂ ਕੁਛ ਵੀ ਹੈਵੀ ਜਿਹੜਾ ਵੀਅਰ ਕਰਕੇ ਤੁਸੀਂ ਇਹਨੂੰ ਇੱਕ ਮੇਨ ਫੰਕਸ਼ਨ 'ਤੇ ਵੀਅਰ ਕਰ ਸਕਦੇ ਹੋ ਬਣਾ ਕੇ। ਸੋ ਇਹ ਜਿਹੜਾ ਬਹੁਤ ਹੀ ਪਿਆਰਾ ਜਿਹਾ ਫਾਲਸਾ ਸ਼ੇਡ ਹੈਗਾ, ਔਰ ਬਿਲਕੁਲ ਨਿਊ ਹੈ ਟ੍ਰੈਂਡ ਦੇ ਵਿੱਚ ਵੀ ਐਕਚੁਲੀ ਇਹ ਸ਼ੇਡ। ਔਰ ਅਗਰ ਇਹ ਤੁਹਾਨੂੰ ਪਸੰਦ ਆਉਂਦਾ ਤਾਂ ਇਹ ਸਕਰੀਨਸ਼ੋਟ ਲੈ ਕੇ ਮੇਰੇ ਵਟਸਐਪ ਨੰਬਰ 7589231377 'ਤੇ ਭੇਜ ਕੇ ਤੁਸੀਂ ਆਪਣਾ ਔਡਰ ਫਾਈਨਲ ਕਰ ਸਕਦੇ ਹੋ। ਸੋ ਇਹ ਜਿਹੜਾ ਡਿਜ਼ਾਈਨ ਹੈਗਾ ਜੀ, ਇਹ ਨੀਚੇ ਅਸੀਂ ਇਹਨੂੰ ਔਰਗੈਂਜ਼ਾ ਲਾ ਕੇ ਆਰੀ ਵਿਦ ਮਸ਼ੀਨ ਵਰਕ ਦਾ ਡਿਜ਼ਾਈਨ ਹੈਗਾ ਇਹ। ਇਹਨੂੰ ਜਿਵੇਂ ਅਸੀਂ ਨੀਚੇ ਇੱਥੇ ਔਰਗੈਂਜ਼ਾ ਲਗਾਇਆ ਹੋਇਆ ਇੰਨੇ ਪਾਰਟ ਦੇ ਵਿੱਚ, ਔਰ ਬਹੁਤ ਹੀ ਪਿਆਰਾ ਜਿਹਾ ਇਹਨੂੰ ਡਿਜ਼ਾਈਨਿੰਗ ਕੀਤੀ ਹੋਈ ਹੈ, ਔਰ ਉੱਪਰ ਆ ਜਿਹੜੇ ਇਹਦੇ ਸਾਰੇ ਸੀਕੁਐਂਸ ਜਾਂਦੇ ਆ ਔਰ ਲਾਈਨਸ ਜਾਂਦੀਆਂ ਹੈਗੀਆਂ। ਸੋ ਇਹ ਜਿਹੜਾ ਡਿਜ਼ਾਈਨਿੰਗ ਹੈ, ਇਹ ਬਹੁਤ ਹੀ ਡਿਫਰੈਂਟ ਜਿਹਾ ਸਟਾਈਲ ਹੈਗਾ। ਔਰ ਇਹ ਬਾਜੂ 'ਤੇ ਵਰਕ ਹੈਗਾ ਜੀ, ਇਹ ਦੇਖੋ ਬਾਜੂ 'ਤੇ ਵੀ ਸੇਮ ਔਰਗੈਂਜ਼ਾ ਲੱਗ ਕੇ ਅਸੀਂ ਵਰਕ ਕੀਤਾ ਹੋਇਆ। ਔਰ ਤੁਸੀਂ ਇਹਦੇ ਨਾਲ ਸ਼ਰਾਰਾ ਜਾਂ ਲੂਜ਼ ਪਲਾਜ਼ੋ ਜਾਂ ਲਹਿੰਗਾ ਸਟਾਈਲ ਵੀ ਦੇ ਸਕਦੇ ਹੋ। ਸੋ ਇਹਦੇ ਨਾਲ ਤੁਸੀਂ ਦੇਖਣਾ ਕਿ ਤੁਸੀਂ ਇਹਨੂੰ ਕਿੰਨਾ ਹੈਵੀ ਬਣਾਉਣਾ, ਕਿਸ ਫੰਕਸ਼ਨ 'ਤੇ ਵੇਅਰ ਕਰਨਾ। ਸੋ ਉਹਦੇ ਅਕੋਰਡਿੰਗ ਹੈ ਜਿਹੜਾ ਤੁਸੀਂ ਸਟਿਚ ਕਰਵਾ ਸਕਦੇ ਹੋ। ਅਤੇ ਓਵਰਆਲ ਜਿਹੜੀ ਇਹਦੀ ਲੁੱਕ ਹੈਗੀ ਹੈ ਬਹੁਤ ਜ਼ਿਆਦਾ ਹੈਵੀ ਹੈ, ਔਰ ਇਹਦਾ ਦੁਪੱਟਾ ਵੀ ਜਿਹੜਾ ਹੈਗਾ ਜੀ ਉਹ ਵੀ ਬਹੁਤ ਪਿਆਰਾ, ਸੇਮ ਸ਼ੇਡ ਦਾ ਦੁਪੱਟਾ ਹੈਗਾ ਇਹ ਔਰਗੈਂਜ਼ਾ ਦਾ ਦੁਪੱਟਾ। ਤੁਸੀਂ ਲਾਸਟ ਅਸੀਂ ਚਨੌਨ 'ਤੇ ਵੀ ਇਹਨੂੰ ਬਣਾਇਆ ਹੈਗਾ, ਸੋ ਚਨੌਨ 'ਤੇ ਵੀ ਬਹੁਤ ਵਧੀਆ ਬਣਦਾ। ਔਰ ਅਗਰ ਤੁਸੀਂ ਇਹਨੂੰ ਔਰਗੈਂਜ਼ਾ 'ਤੇ ਬਣਾਉਣਾ ਚਾਹੁੰਦੇ ਹੋ, ਇਹ ਤੁਹਾਡੀ ਚੋਇਸ ਦੇ ਅਕੋਰਡਿੰਗ ਹੀ ਅਸੀਂ ਕਲਰ ਆ ਜਿਹੜਾ ਸਟੱਫ ਹੈ ਉਹ ਲਾਉਣੇ ਹੈਗੇ ਆ। ਸੋ ਤੁਸੀਂ ਇਹਨੂੰ ਔਰਗੈਂਜ਼ਾ 'ਤੇ ਵੀ ਬਣਾ ਸਕਦੇ ਹੋ। ਜਿਵੇਂ ਦੇਖੋ ਇਹਦੇ ਪੱਲੇ ਕਾਫੀ ਹੈਵੀ ਹੈਗੇ ਆ, ਔਰ ਸਾਈਡਸ 'ਤੇ ਜਿਹੜੀ ਇਹਦੀਆਂ ਅਸੀਂ ਸਿੰਪਲ ਜਿਹੜਾ ਬਾਰਡਰ ਦਿੱਤਾ, ਜਿਹੜਾ 4 ਸਾਈਡ ਬਾਰਡਰ ਹੈਗਾ, ਔਰ ਪੱਲੇ ਆ ਜਿਹੜੇ ਇਹਦੇ ਦੋਨੋਂ ਸਾਈਡ ਇਸ ਤਰ੍ਹਾਂ ਹੈਵੀ ਹੈ ਜੀ। ਇਹ ਦੇਖੋ ਇਹਦਾ ਜਿਵੇਂ ਕਲਰ ਚਾਰਟ ਹੈ ਬਿਲਕੁਲ ਡਿਫਰੈਂਟ ਆ, ਡਿਫਰੈਂਟ ਸਟਾਈਲ ਹੈਗਾ। ਸੋ ਇਹਦੇ ਵਿੱਚ ਅਸੀਂ ਜਿਵੇਂ ਮਸ਼ੀਨ ਐਮਬਰਾਇਡਰੀ ਦਿੱਤੀ ਹੋਈ ਆ ਆਰੀ ਦਾ, ਇਹ ਬਹੁਤ ਹੀ ਜਿਹੜਾ ਬਰੀਕ ਜਿਹਾ ਕੰਮ ਹੋਇਆ ਹੋਇਆ, ਇਹਦੇ ਨਾਲ ਇਹ ਜਿਹੜਾ ਥੋੜ੍ਹਾ ਜਿਹਾ ਅਲੱਗ ਬਣ ਜਾਂਦਾ। ਸੋ ਇਹਦੇ ਵਿੱਚ ਵੀ ਅਸੀਂ ਲਾਈਟ ਪੀਸ ਸ਼ੇਡ ਦਿੱਤਾ ਹੋਇਆ। ਸੋ ਇਹਦੇ ਵਿੱਚ ਜਿਵੇਂ ਪਹਿਲਾਂ ਅਸੀਂ ਆਰੀ ਵਾਲੇ ਨਾਲ ਫਿਨਿਸ਼ ਕਰਦੇ ਹਾਂ, ਫਿਰ ਇਹਨੂੰ ਮਸ਼ੀਨ ਦੇ ਨਾਲ ਐਮਬਰਾਇਡਰੀ ਦਿੰਦੇ ਹਾਂ। ਸੋ ਫਿਰ ਕਾਫੀ ਟਾਈਮ ਲੱਗਦਾ ਹੈਗਾ, ਕਾਫੀ ਹੈਵੀ ਜਿਹੜਾ ਸੂਟ ਬਣ ਜਾਂਦਾ। ਇਹ ਤੁਸੀਂ ਦੇਖਣਾ ਕਿ ਤੁਸੀਂ ਇਹਨੂੰ ਕਿਸ ਫੰਕਸ਼ਨ ਦੇ ਅਕੋਰਡਿੰਗ ਵੀਅਰ ਕਰਨਾ ਅਤੇ ਨਾਲ ਇਹਦੇ ਕੀ ਬਣਾਉਣਾ ਹੈਗਾ। ਸੋ ਜੇ ਸ਼ਰਾਰਾ ਲੈਂਦੇ ਹੋ ਤਾਂ ਉਹਨੂੰ ਅਸੀਂ ਜ਼ਿਆਦਾ ਕੱਪੜਾ ਲੱਗਦਾ ਹੈਗਾ। ਸੋ ਜਿੰਨਾ ਵੀ ਤੁਸੀਂ ਹੈਵੀ ਹਲਕਾ ਕਰਨਾ ਚਾਹੁੰਦੇ ਹੋ ਕੋਈ ਵੀ ਪੀਸ ਕਰ ਸਕਦੇ ਹੋ, ਓਨਲੀ ਸ਼ਰਟ ਵਰਕ ਵੀ ਕਰਾ ਸਕਦੇ ਹੋ। ਸੋ ਇਹ ਔਡਰ ਕਰਨ ਲਈ ਜੀ ਤੁਸੀਂ, ਮੈਂ ਦੁਬਾਰਾ ਫਿਰ ਰਿਪੀਟ ਕਰੂੰਗੀ, 7589231377 ਵਟਸਐਪ ਨੰਬਰ 'ਤੇ ਜਾ ਕੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਜਿਵੇਂ ਕਿ ਤੁਹਾਡੀ ਡਿਮਾਂਡ 'ਤੇ ਹੀ ਮੈਂ ਸੂਟ ਦਿਖਾਇਆ ਸੀ, ਕਿਉਂਕਿ ਜਿਵੇਂ ਕਿ ਹੈਵੀ ਸੂਟਸ ਦਿਖਾਓ, ਹੈਵੀ ਸੂਟਸ ਦਿਖਾਓ। ਸੋ ਇਹ ਕਾਫੀ ਹੈਵੀ ਪੀਸ ਹੈਗਾ, ਸੋ ਮੈਂ ਅੱਜ ਤੁਹਾਨੂੰ ਦਿਖਾ ਰਹੀ ਹਾਂ। ਤੁਸੀਂ ਇਹਦਾ ਔਡਰ ਕਨਫਰਮ ਕਰਨ ਲਈ ਵਟਸਐਪ 'ਤੇ ਜਾ ਕੇ ਔਡਰ ਕਰ ਸਕਦੇ ਹੋ, ਔਰ ਆਪਾਂ ਡੇਲੀ ਜਿਹੜੇ ਅੱਗੇ ਨੈਕਸਟ ਜਿਵੇਂ ਪਾਰਟੀ ਵੀਅਰ ਡਿਜ਼ਾਈਨ ਬਣਨਗੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਜ਼ਰੂਰ ਫੀਡਬੈਕ ਦਿਆ ਕਰੋ, ਲਾਈਕ ਜ਼ਰੂਰ ਕਰਿਆ ਕਰੋ, ਕਮੈਂਟ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਕਿਵੇਂ ਦੇ ਲੱਗ ਰਹੇ ਆ ਡਿਜ਼ਾਈਨਸ, ਔਰ ਨਵੀਂ ਨਵੀਂ ਡਿਜ਼ਾਈਨਿੰਗ ਆ ਜਿਹੜੀ ਨੈਕਸਟ ਆਪਾਂ ਲੈ ਕੇ ਆਵਾਂਗੇ। ਸੋ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ ਜੀ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮੱਚ।